ਤੁਸੀਂ ਵੀ ਮੇਰੇ ਵਰਗੇ ਕਾਰਟੂਨ ਆਪਣੇ ਵੀਡੀਓ ਵਿੱਚ ਐਡ ਕਰਨੇ ਆ ਆਜੋ ਦੱਸਦਾ ਤੁਹਾਨੂੰ ਇਹਦੇ ਲਈ ਸਭ ਤੋਂ ਪਹਿਲੇ ਆਪਾਂ Google 'ਚ ਜਾ ਕੇ Adobe Free Animation Maker ਸਰਚ ਮਾਰਨਾ ਫਿਰ ਇਹਦੇ 'ਚ ਸਭ ਤੋਂ ਪਹਿਲੇ ਵਾਲੀ ਵੈਬਸਾਈਟ ਆਪਾਂ ਓਪਨ ਕਰ ਲੈਣੀ ਜਿਹੜੀ ਆਈ ਆ ਇਦਾਂ ਦਾ ਇੰਟਰਫੇਸ ਆਊਗਾ ਕੁਝ ਇਹਦੇ 'ਚ ਆਪਾਂ ਨੂੰ ਕ੍ਰੀਏਟ ਕਰਨ ਦਾ ਆਪਸ਼ਨ ਨਹੀਂ ਮਿਲ ਰਿਹਾ ਹਨਾ ਇਹ ਆਪਾਂ ਨੂੰ ਲੈਪਟਾਪ ਜਾਂ ਕੰਪਿਊਟਰ 'ਚ ਸ਼ੋ ਹੋਊਗਾ ਜੇ ਆਪਣੇ ਤੋਂ ਹੈਗਾ ਬਟ ਆਪਾਂ ਜੇ ਫੋਨ 'ਚ ਬਣਾਉਣੀ ਆ ਆਪਾਂ ਉੱਪਰ ਉਹ 3 ਡੋਟ ਤੇ ਕਲਿੱਕ ਕਰਨਾ ਪਹਿਲੇ ਤੇ ਇੱਥੇ ਆ ਲਿਖਿਆ ਹੋਇਆ ਡੈਸਕਟਾਪ ਸਾਈਟ ਇਹਦੇ ਤੇ ਕਲਿੱਕ ਕਰ ਦੇਣਾ ਆਪਾਂ ਫੇ ਕੰਪਿਊਟਰ ਵਾਲਾ 뷰 ਆਉਣ ਲੱਗੇਗਾ ਜਿੱਦਾਂ ਦੀ ਕੰਪਿਊਟਰ 'ਚ ਵੈਬਸਾਈਟ ਓਪਨ ਹੋਊਗੀ ਉਦਾਂ ਦੀ ਇੱਥੇ ਸ਼ੋ ਹੋਣ ਲੱਗ ਜੈਣੀ ਆ ਆ ਦੇਖੋ ਆਪਣੇ 'ਚ ਕ੍ਰੀਏਟ ਵਾਲਾ ਆਪਸ਼ਨ ਮਿਲ ਗਿਆ ਇੱਥੇ ਕ੍ਰੀਏਟ ਨਾਓ ਇਹਦੇ ਤੇ ਕਰਨਾ ਕਲਿੱਕ ਫਿਰ ਇਹ ਆਪਣੀ ਵਿੰਡੋ ਓਪਨ ਹੋਣੀ ਇੱਥੇ ਸਾਈਡ 'ਚ ਕਿੰਨੇ ਸਾਰੇ ਕੈਰੈਕਟਰ ਆਏ ਨੇ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਚੂਸ ਕਰ ਲਿਓ ਤੁਸੀਂ ਕਿੰਨੇ ਸਾਰੇ ਹੈਗੇ ਐ ਇੱਥੇ ਤੁਸੀਂ ਦੇਖ ਲਿਓ ਮੈਂ ਜਿੱਦਾਂ ਲਾਸਟ ਵਿੱਚ ਜਾ ਕੇ ਇੱਕ ਸਿਲੈਕਟ ਕੀਤਾ ਸੀਗਾ ਇਹ ਚਲੋ 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 ਆਹ ਵਾਲਾ ਸਿਲੈਕਟ ਕੀਤਾ ਸੀ ਮੈਂ ਠੀਕ ਆ ਆ ਗਿਆ ਹੁਣ ਆਪਾਂ ਕਰਨੇ ਨੂੰ ਆਪਣੀ ਵੀਡੀਓ ਚ ਯੂਜ਼ ਹਨ ਇਹਦੇ ਲਈ ਆਪਾਂ ਨੂੰ ਪਹਿਲੇ ਇਹਦਾ ਬੈਕਗ੍ਰਾਉਂਡ ਚੇਂਜ ਕਰਨਾ ਪੈਣਾ ਉੱਪਰ ਬੈਕਗ੍ਰਾਉਂਡ ਲਿਖਿਆ ਹੈ ਤੇ ਕਲਿੱਕ ਕਰਨਾ ਇਹ ਚ ਆਪਾਂ ਗ੍ਰੀਨ ਕਲਰ ਸਿਲੈਕਟ ਕਰ ਲੈਣਾ ਇਹ ਤੁਹਾਨੂੰ ਮੋਰ ਕਲਰਸ ਤੇ ਜਾ ਕੇ ਮਿਲੇਗਾ ਏ ਮੈਂ ਕਿਉਂਕਿ ਸਿਲੈਕਟ ਪਹਿਲੇ ਕਰ ਚੁੱਕਾ ਸੀ ਤਾਂ ਮੈਨੂੰ ਉੱਪਰ ਟੋਪ ਤੇ ਸਿਲੈਕਟ ਹੋ ਗਿਆ ਨਹੀਂ ਤਾਂ ਤੁਸੀਂ ਮੋਰ ਕਲਰ ਚ ਜਾ ਕੇ ਇਹ ਗ੍ਰੀਨ ਕਲਰ ਸਿਲੈਕਟ ਕਰ ਲਿਓ ਉਦੋਂ ਬਾਅਦ ਸਾਈਜ਼ ਸਾਈਜ਼ ਆਪਾਂ ਸਿਕਿਉਰੀ ਲੈਣਾ ਵਾ ਠੀਕ ਆ ਉਦੋਂ ਬਾਅਦ ਕਾਰਟੂਨ ਜੇ ਨੂੰ ਸਿਲੈਕਟ ਕਰਕੇ ਆਪਾਂ ਵੱਡਾ ਛੋਟਾ ਆਪਣੇ ਅਕੋਰਡਿੰਗ ਸਾਈਜ਼ ਸੈੱਟ ਕਰ ਸਕਦੇ ਆ ਆਪਾਂ ਛੋਟਾ ਇਹ ਕਰਕੇ ਚ ਗੱਬੇ ਰੱਖਤਾ ਉਦੋਂ ਬਾਅਦ ਥੱਲੇ ਰਿਕਾਰਡ ਹੈਗਾ ਲਿਖਿਆ ਨਾ ਇਹ ਚ ਆਪਾਂ ਆਪਣੀ ਵੌਇਸ ਰਿਕਾਰਡ ਕਰਨੀ ਆ ਉੱਤੇ ਕਲਿੱਕ ਕੀਤਾ ਆਪਾਂ ਹਲੋ ਸასიਖਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਹੋ ਇਹ ਆਪਾਂ ਕੱਲੀ ਆਪਣੀ ਵੌਇਸ ਰਿਕਾਰਡ ਉਤਵਾਦ ਕਰਦਣਾ ਡਨ ਤੇ ਕਲਿੱਕ ਇਹ ਹੋਣ ਲੱਗੀ ਪ੍ਰੋਸੈਸਿੰਗ ਥੋੜੇ ਜਿਹਾ ਟਾਈਮ ਲੱਗੂਗਾ ਇਹ ਚ ਚਲੋ 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 ਆ ਦੇਖੋ ਹੋ ਗਿਆ ਪਲੇ ਕਰਕੇ ਦਿਖਾਵਾਂ ਤੁਹਾਨੂੰ ਹਲੋ ਸასიਖਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਹੋ ਆ ਗਈ ਵੀਡੀਓ ਉਹ ਤੋਂ ਬਤਾ ਆਪਾਂ ਕਰ ਲਾਂਗੇ ਡਾਊਨਲੋਡ ਤੇ ਕਲਿੱਕ ਫੇ ਹੋਣ ਲੱਗਿਆ ਨਾ ਡਾਊਨਲੋਡ ਹੁਣ ਹੁਣ ਜੇ ਆਪਾਂ ਇਹਦੀ ਕੰਨੀ ਵਾਇਸ ਚੇਂਜ ਜਿਹਦਾ 카ਰਟੂਨ ਕੋਡਿੰਗ ਆਪਾਂ ਨੂੰ ਵਾਇਸ ਇਹਦੀ ਰੱਖਣੀ ਪੈਣੀ ਹੈ ਸੋ 카ਰਟੂਨ ਵਰਗੀ ਆਵਾਜ਼ ਬਣਾਉਣ ਲਈ ਆਪਾਂ ਕਰਨਾ ਬੀਟਾ ਐਪ ਓਪਨ ਇਹ ਤੁਹਾਨੂੰ ਪਲੇ ਸਟੋਰ ਤੋਂ ਮਿਲ ਜੂਗਾ ਉੱਥੋਂ ਡਾਊਨਲੋਡ ਕਰ ਲਿਓ ਇਹ ਚਾਪਾ ਪਹਿਲੇ ਆਪਣੀ ਵੀਡੀਓ ਇੰਪੋਰਟ ਕਰਨੀ ਵੀਡੀਓ ਲੈ ਫੇ ਆਪਾਂ ਕੰਨੀ ਵੀਡੀਓ ਸਿਲੈਕਟ ਆਪਣੀ ਤੇ ਥੱਲੇ অপਸ਼ਨ ਆਪਾਂ ਨੂੰ ਮਿਲਣਾ ਵਾਇਸ ਚੇਂਜਰ ਦਾ ਉਹਦੇ ਤੇ ਕਰਤਾ ਕਲਿੱਕ ਇੱਥੇ ਥੱਲੇ ਕਿੰਨੇ ਸਾਰੇ ਫੈਕਟ ਆਏ ਨੇ ਆ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਵਾਲਾ ਸਿਲੈਕਟ ਕਰ ਲਿਓ ਜਿਵੇਂ ਮੈਂ ਆਹ ਵਾਲਾ ਸਿਲੈਕਟ ਕਰ ਲਿਆ ਕਿਊਟ ਵਾਲਾ ਉਹ ਤੋਂ ਬਾਅਦ ਕਰ ਦੇਣਾ ਰਾਈਟ ਤੇ ਕਲਿੱਕ ਤੇ ਉੱਪਰੋਂ ਕਰ ਲੈਣਾ ਐਕਸਪੋਰਟ ਇਹ ਹੋਇਆ ਨਹੀਂ ਤੁਹਾਡੀ ਵੀਡੀਓ ਸੇਵ ਹੁਣ ਹੁਣ ਸਭ ਤੋਂ ਪਹਿਲੇ ਆਪਾਂ ਕਰਨਾ VN ਐਪ ਆਪਣਾ ਓਪਨ ਇਹਦੇ ਚ ਕਰਨੀ ਆਪਣੀ ਵੀਡੀਓ ਇੰਪੋਰਟ ਜਿਹਦੇ ਉੱਤੇ ਆਪਾਂ ਕਾਰਟੂਨ ਲਗਾਉਣਾ ਆ ਆ ਵੀਡੀਓ ਲੈ ਆਏ ਆਪਾਂ ਉਹ ਤੋਂ ਬਾਅਦ ਕਰਨਾ ਉਹ ਪਲੱਸ ਦੇ ਸਾਈਨ ਤੇ ਕਲਿੱਕ ਤੇ ਇੱਥੇ ਹੁਣ ਆਪਾਂ ਆਪਣੀ ਕਾਰਟੂਨ ਵਾਲੀ ਵੀਡੀਓ ਇੰਪੋਰਟ ਕਰ ਦੇਣੀ ਆ ਕਾਰਟੂਨ ਵਾਲੀ ਵੀਡੀਓ ਲੈ ਆਏ ਤੇ ਥੱਲੇ অপਸ਼ਨ ਹੋਣਾ ਫਿੱਟ ਦਾ ਇੱਥੇ ਕਹਤਾ ਕਲਿੱਕ ਇਹ ਦੇਖੋ ਵੀਟਾ ਜਿੱਥੇ ਆਪਾਂ ਵੌਇਸ ਚੇਂਜ ਕੀਤੀ ਸੀ ਉਹਦਾ ਵਾਟਰਮਾਰਕ ਉੱਪਰ ਆ ਗਿਆ ਇਹਨੂੰ ਰਿਮੂਵ ਕਰਨ ਲਈ ਥੱਲੇ অপਸ਼ਨ ਹੋਣਾ ਮਾਸਕ ਦਾ ਉਹਦੇ ਤੇ ਕੀਤਾ ਕਲਿੱਕ ਤੇ ਆਪਾਂ ਰੈਕਟੈਂਗਲ ਵਾਲਾ ਸਿਲੈਕਟ ਕਰਨਾ ਤੇ ਉਹਨੂੰ ਥੋੜਾ ਜੂਮ ਕਰ ਦਾਂਗੇ ਤਾਂ ਕਿ ਉੱਪਰਲਾ ਬੀਟਾ ਕ੍ਰੋਪ ਹੋ ਜਵੇ ਜਿਹੜਾ ਲਿਖਿਆ ਸੀ ਵਾਟਰਮਾਰਕ ਤੇ কারਟੂਨ ਪੂਰਾ ਆ ਜਾਵੇ ਠੀਕ ਆ ਉਹ ਤੋਂ ਬਾਅਦ ਸਾਈਡ 'ਚ ਆਪਸ਼ਨ ਹੈਗੀ ਆਪਣੇ ਤੋਂ ਕ੍ਰੋਮਾ ਦੀ ਹੁਣ ਕਰਨਾ ਆਪਾਂ ਉਹਦੇ ਤੇ ਕਲਿੱਕ ਕਲਿੱਕ ਕਰਕੇ ਇਹਨੂੰ ਆਪਾਂ ਗ੍ਰੀਨ ਵਾਲੀ ਸਕਰੀਨ ਦੇ ਉੱਤੇ ਰੱਖ ਦੇਣਾ ਇਹਦੇ ਨਾਲ ਗ੍ਰੀਨ ਕਲਰ ਓਢਿਆਣਾ ਸ਼ੂ ਕਰਕੇ ਠੀਕ ਆ ਕੱਲਾ কারਟੂਨ ਬਚਿਆ ਰਹਿ ਗਿਆ ਆਪਣੇ ਤੋਂ ਤੇਨੂੰ ਚੱਕ ਕੇ ਸਾਈਡ ਤੇ ਛੋਟਾ ਜਿਹਾ ਕਰਕੇ ਆਪਾਂ ਰੱਖ ਦੇਣਾ ਲਾਗੇ ਆਪਣਾ ਕਾਰਟੂਨ ਤਿਆਰ ਰੱਖਿਓ ਵੀਡੀਓ ਸਟੇਲ ਰਿਕਾਰਡ ਕਰਿਓ ਆਪਣੀ ਕੈਮਰਾ ਨਾਲ ਹਿਲਾਇਓ ਜ਼ਿਆਦਾ ਨਹੀਂ ਤਾਂ ਇਹਦੀ ਪੋਜੀਸ਼ਨ ਸੈੱਟ ਕਰਨੀ ਕਾਰਟੂਨ ਜੇਦੀ ਓਖੀ ਹੋ ਜਾਣੀ ਠੀਕ ਆ ਤੇ ਬਾਦੂ ਹਿੱਸਾ ਆਪਾਂ ਵੀਡੀਓ ਦਾ ਸਪਲਿਟ ਕਰਕੇ ਕਰ ਦੇਣਾ ਡਿਲੀਟ ਓਕੇ ਮੈਂ ਕਿ ਤੁਹਾਡੀ ਵੀਡੀਓ ਤੋਂ ਬਾਦ ਉਹ ਉੱਪਰੋਂ ਆਪਾਂ ਕਰ ਲੈਣਾ ਵੀਡੀਓ ਨੂੰ ਸੇਵ ਇਹਨੂੰ 4K ਰੱਖਣਾ ਹੋਇਆ 4K ਰੱਖ ਲਿਓ ਨਹੀਂ ਤਾਂ 1080 ਠੀਕ ਹੁੰਦਾ ਵਾ 4K ਨਾਲ ਜੀ ਜ਼ਿਆਦਾ MB ਬਣ ਜਾਂਦੀ ਹੁੰਦੀ ਆ 1080 ਕਰਕੇ ਆਪਾਂ ਕਰ ਦੇਣਾ ਐਕਸਪੋਰਟ ਕੰਟੀਨਿਊ ਟੂ ਐਕਸਪੋਰਟ ਤੇ ਹੋਏ ਯਾਨੀ ਤੁਹਾਡੀ ਵੀਡੀਓ ਫੋਨ ਚ ਸੇਵ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਤੇ ਜਿਨ੍ਹਾਂ ਨੇ ਕੀਤਾ ਆ ਲਾਈਕ ਕਮੈਂਟ ਕਰਕੇ ਗੁੱਡ ਨਾਈਟ ਸੋ ਜੋ ਚੰਗਈ ਟਾਟਾ ਬਾਏ ਬਾਏ ਮਿਲਦੇ ਆ ਅਗਲੀ ਵੀਡੀਓ ਚ